ਅੱਜ ਸਾਡੇ ਦਸੂਹਾ ਦੇ ਵਿੱਚ ਇੱਕ ਬੜੀ ਨਵੀਂ ਪਹਿਲ ਕਦਮੀ ਕਰਦੇ ਹੋਏ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਡੇ ਜਿੰਨੇ ਵੀ ਸਮਾਜ ਨੂੰ ਨਵੀਂ ਸੇਧ ਵਣੇ ਦੇਣ ਵਾਲੇ ਲੋਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਪੂਰਾ ਸਾਡਾ ਪ੍ਰਸ਼ਾਸਨ ਸਾਡੇ ਮਾਨਯੋਗ ਐਸਡੀਐਮ ਸਾਹਿਬ ਨਾਲ ਡੀਐਸਪੀ ਈਓ ਸਾਹਿਬ ਐ ਨਾਇਬ ਤਹਿਸੀਲਦਾਰ ਸਾਹਿਬ ਜਿੰਨੇ ਵੀ ਐਸਐਮਓ ਸਾਹਿਬ ਤੇ ਵੱਖ-ਵੱਖ ਸਕੂਲਾਂ ਦੇ ਬੱਚੇ ਸਾਡੇ ਨਿਰੰਕਾਰੀ ਮਿਸ਼ਨ ਦੇ ਸਾਡੇ ਭੈਣ ਭਰਾ ਹੋਰ ਵੀ ਜਿੰਨੇ ਲੋਕ ਸ਼ਹਿਰ ਵਾਸੀ ਨੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਇੱਕ ਅਜ ਬੜਾ ਵਧੀਆ ਕੰਮ ਕਰਨ ਜਾ ਰਹੇ ਆ ਦਸੂਹਾ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਜਿਹੜੀ ਅੱਜ ਸ਼ੁਰੂਆਤ ਦਸੂਹਾ ਦੇ ਮੰਡੀ ਰੋਡ ਦੇ ਉੱਤੇ ਆਪਾਂ ਕਰਨ ਜਾ ਰਹੇ ਆ ਤੇ ਤਾਂ ਜੋ ਜਿਹੜਾ ਇਹ ਰੋਡ ਆ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਦਿੱਖ ਦਿੱਤੀ ਜਾ ਸਕੇ ਤੇ ਜਦੋਂ ਵੀ ਲੋਕ ਇੱਥੋਂ ਲੰਘਣ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਸ਼ਹਿਰ ਆ ਇਹ ਲੋਕ ਸ਼ਹਿਰ ਦੇ ਲੋਕ ਨੇ ਉਹ ਸਵੱਛ ਭਾਰਤ ਨੂੰ ਪਸੰਦ ਕਰਦੇ ਨੇ ਤੇ ਸ਼ਹਿਰ ਨੂੰ ਵਧੀਆ ਬਣਾਉਣਾ ਚਾਹੁੰਦੇ ਨੇ ਤੇ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਜਿੱਦਾਂ ਸਾਡੇ ਸਾਰੇ ਸਤਕਾਰਯੋਗ ਅਫਸਰ ਸਾਹਿਬਾਨ ਇੱਥੇ ਖੜੇ ਨੇ ਇਹਨਾਂ ਵੱਲੋਂ ਵੀ ਮੈਂ ਇਹ ਅਪੀਲ ਕਰਦਾ ਕਿ ਲੋਕਾਂ ਨੂੰ ਕਿ ਵੱਤ ਤੋਂ ਵੱਤ ਸ਼ਹਿਰ ਨੂੰ ਸਾਫ਼ ਰੱਖਿਆ ਜਾ ਸਕੇ ਤੇ ਹਰ ਥਾਂ ਥਾਂ ਤੇ ਕੂੜਾ ਨਾ ਸੁੱਟਿਆ ਜਾਵੇ ਤੇ ਸਾਡੇ ਸਫਾਈ ਕਰਮਚਾਰੀਆਂ ਦਾ ਜਿਹੜੇ ਮੇਨ ਸਾਡੀ ਬੈਕਬੋਨ ਹੈ ਸਾਡੇ ਇਹ ਸਫਾਈ ਮਹਿੰਮ ਦੀ ਉਹਨਾਂ ਦਾ ਸਾਥ ਦੇ ਕੇ ਸ਼ਹਿਰ ਨੂੰ ਵਧੀਆ ਬਣਾਇਆ ਜਾਵੇ ਅਸੀਂ ਫਿਲਹਾਲ ਤੇ ਜਿਹੜੀ ਗਰਾਊਂਡ ਲੈਵਲ ਤੇ ਜਿਹੜੀ ਕੰਮ ਨੇ ਜਿਹੜੇ ਬਿਨਾਂ ਪੈਸਿਆਂ ਤੋਂ ਹੋ ਸਕਦੇ ਆ ਉਹਨੂੰ ਅਸੀਂ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਦੇ ਅੱਜ ਮੰਡੀ ਰੋਡ ਦੀ ਜਿਹੜੀ ਕੋ ਭੰਗਿਆ ਜਾਂ ਹੋਰ ਵੀ ਜਿਹੜੀ ਜਿਹੜੀ ਸਪਾਈ ਆ ਮਿੱਟੀ ਦੀ ਆ ਜਾਂ ਜਿਹੜਾ ਕੂੜਾ ਕਰਕੜ ਫੈਲਿਆ ਹੋਇਆ ਉਹਨੂੰ ਕਰਨ ਜਾ ਰਹੇ ਆ ਉਸ ਤੋਂ ਬਾਅਦ ਸਰਕਾਰ ਵੱਲੋਂ ਜਿਹੜੇ ਜਿਹੜੇ ਵੀ ਨਿਰਦੇਸ਼ ਹੋਣਗੇ ਉਹਨਾਂ ਮੁਤਾਬਕ ਫੰਡਸ ਦੇ ਮੁਤਾਬਕ ਆਪਾਂ ਨਵੀਆਂ ਨਵੀਆਂ ਜਿਹੜੀਆਂ ਮਸ਼ੀਨਸ ਲੈ ਕੇ ਉਹ ਆਪਾਂ ਪ੍ਰੋਵਾਈਡ ਕਰਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਸਾਡੇ 10ਵੇਂ ਦੇ ਵਿੱਚ ਸਾਰੀ ਸਮਾਜਿਕ ਸੰਸਥਾਵਾਂ ਸਕੂਲ ਤੇ ਨਾਲ ਪ੍ਰਸ਼ਾਸਨ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਡਿਪਟੀ ਸਾਹਿਬ ਈਓ ਸਾਹਿਬ ਸਾਰੇ ਪਿੰਡ ਆਪਣੇ ਸ਼ਹਿਰ ਪਿੰਡਾਂ ਦੇ ਮੋਤਵਾਰ ਵਿਅਕਤੀ ਸਾਡੇ ਅੱਜ ਇਕੱਠੇ ਹੋਏ ਹਨ ਅ ਜਿਕ ਸਵਚ ਭਾਰਤ ਦਿਹਾੜਾ ਤੁਸੀਂ ਕਹਿ ਸਕਦੇ ਹੋ ਬਣਾਇਆ ਜਾ ਰਿਹਾ ਹੈ ਤੇ ਇਹਦੇ ਨਾਲ ਇੱਕ ਐਲਾਨ ਕੀਤਾ ਜਾ ਰਿਹਾ ਹੈ ਕਿ ਆਪਾਂ ਇਸ ਆਪਣੇ ਸ਼ਹਿਰ ਨੂੰ ਇੱਕ ਬਹੁਤ ਸਾਫ਼ ਰੱਖਣਾ ਹੈ ਤੇ ਗੰਦਗੀ ਨਹੀਂ ਫੈਲਾਨੀ ਹੈ ਤੇ ਇੱਕ ਓਨਰਸ਼ਿਪ ਹੁਣ ਅਜੇ ਆਪਾਂ ਗੁੱਡ ਗਵਰਨੈਂਸ ਵੀਕ ਹਜੇ ਮਨਾ ਕੇ ਹਟੇ ਆ ਗੁੱਡ ਗਵਰਨੈਂਸ ਦਾ ਸਭ ਤੋਂ ਇੱਕ ਮੁੱਢਲਾ ਜਿਹੜਾ ਪਿੱਲਰ ਹੁੰਦਾ ਉਹ ਹੁੰਦਾ ਪਬਲਿਕ ਪਾਰਟਿਸਪੇਸ਼ਨ ਕਿ ਅਸੀਂ ਕਿਸ ਤਰ੍ਹਾਂ ਜਿਹੜੇ ਸਰਕਾਰ ਦੇ ਕੰਮ ਹੁੰਦੇ ਆ ਉਹਨਾਂ ਨੂੰ ਆਪਣਾ ਕੰਮ ਮੰਨਦੇ ਹੋਏ ਇਹਦੇ ਵਿੱਚ ਭਾਗੀ ਬਣੀਏ ਤੇ ਅੱਜ ਸਾਰੇ ਇੱਕ ਤਰੀਕੇ ਦਾ ਸ਼ਰਮਨਾਣ ਦੇਣ ਇੱਥੇ ਅਬ ਦਸਵਾ ਦੀ ਮੰਡੀ ਰੋਡ ਜਿਹੜੀ ਹੈਗੀ ਜਿਸ ਤੇ ਤੁਸੀਂ ਦੇਖਦੇ ਹੋ ਆਲੇ-ਦੁਆਲੇ ਯੂ نو ਕੰਡਿਆਂ ਤੇ ਲੋਕਾਂ ਨੇ ਗਨ ਸਟਿਆ ਹੋਇਆ ਸੀਗਾ ਇੱਕ ਆਪਾਂ ਇੱਕ ਅਪੀਲ ਸਾਰਿਆਂ ਤੋਂ ਕਰ ਰਹੇ ਆ ਕਿ ਹੁਣ ਅਸੀਂ ਜੁੜੇ ਆ ਅਸੀਂ ਇਕੱਠੇ ਹੋ ਗਏ ਆ ਹੁਣ ਆਪਾਂ ਸ਼ਹਿਰ ਨੂੰ ਚੰਗਾ ਬਣਾ ਕੇ ਹੀ ਛੱਡਾਂਗੇ ਤੇ ਅਸੀਂ ਕਿਸੇ ਨੂੰ ਤੇ ਦੂਜੇ ਬੰਦਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਸਾਡਾ ਸਹਿਯੋਗ ਦਿਓ ਕਟੋ-ਕਟ ਸਾਫ਼ ਅਜੇ ਕਰ ਸ਼ਰਮਨਾ ਨਹੀਂ ਕਰ ਰਹੇ ਤੇ ਕਟੋ-ਕਟ ਕੂੜਾ ਨਾ ਸਟਿਏ ਤਾਂ ਨੰਕਰ ਜੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਸਤਿਕਾਰਯੋਗ ਐਸਡੀਐਮ ਸਾਹਿਬ ਯੂ ਸਾਹਿਬ ਤੇ ਮੇਰੇ ਨਾਲ ਇਸ ਸਮੂਹ ਡਾਕਟਰ ਪੁਰੀ ਵੀ ਹੋਰ ਸਾਰੇ ਜਿਹੜੇ ਆਫੀਸਰ ਸਾਹਿਬਾਨ ਜਿੱਤੇ ਆਏ ਹੋਏ ਨੇ ਅਸੀਂ ਨੰਕਾਰੀ ਮਿਸ਼ਨਰ ਨੂੰ ਵੀ ਸਾਡੇ ਸੇਵਾਦਾਲ ਦੇ ਮੈਂਬਰ ਇੱਥੇ ਆਏ ਹੋਏ ਹਨ ਤੇ ਸਾਡੇ ਸਤਿਗੁਰੂ ਮਤਾ ਜਿਸ ਤਰ੍ਹਾਂ ਕਹਿੰਦੇ ਹਨ ਪ੍ਰਦੂਸ਼ਣ ਅੰਦਰਲਾ ਹੋਵੇ ਜਾਂ ਬਾਹਰਲਾ ਹੋਵੇ ਅੰਦਰਲਾ ਪ੍ਰਦੂਸ਼ਣ ਮੈਂ ਮੇਰੀ ਇਨਕਾਰ ਖਤਮ ਕਰਨੀ ਹੈ ਤੇ ਬਾਹਰਲਾ ਪ੍ਰਦੂਸ਼ਣ ਜਿਹੜਾ ਹੈ ਸਫਾਈ ਵਿਭਾਗ ਦੇ ਨਾਲ ਚਲਾ ਕੇ ਉਹਨਾਂ ਨੂੰ ਖਤਮ ਕਰਨਾ ਹੈ ਤੇ ਜਿਸ ਤਰ੍ਹਾਂ ਸਾਨੂੰ ਐਮਐਲਏ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਅਸੀਂ ਇਹਨਾਂ ਦੇ ਨਾਲ ਪੂਰੇ ਮਿਲ ਜੁਲ ਕੇ ਇਸ ਸ਼ਹਿਰ ਦੀ ਸਫਾਈ ਕਰਾਂਗੇ ਅਸੀਂ ਇੱਕ ਦਮ ਪਹਿਲਾਂ ਵੀ ਇੱਥੇ ਸਫਾਈ ਕੀਤੀ ਸੀ ਤੇ ਉਹ ਸਫਾਈ ਦੇ ਵਿੱਚ ਸਾਡੇ ਨਿੰਕਾਰੀ ਮਸ਼ੀਨਾਂ ਨੂੰ ਭਰਪੂਰ ਯੋਗਦਾਨ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਜੀ ਅੱਜ ਜੋ ਸ਼ਹਿਰ ਰਸੂਆ ਦੇ ਵਿੱਚ ਐਮਐਲਏ ਕਰਮਵੀਰ ਸਿੰਘ ਕੋ ਮੰਜੀ ਵੱਲੋਂ ਤੇ ਨਾਲ ਦਸੂਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਤੇ ਵਿਸ਼ੇਸ਼ ਤੌਰ ਤੇ ਨਰੰਕਾਰੀ ਮਿਸ਼ਨ ਦੇ ਮੁਖੀ ਡਾਕਟਰ ਐਸਬੀ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਜੋ ਅੱਜ ਉਪਰਾਲਾ ਹੋਇਆ ਹੈ ਦਸੂਹਾ ਨਗਰੀ ਨੂੰ ਸਾਫ਼ ਸੁਥਰਾ ਬਣਾਉਣ ਵਾਲਾ ਜੋ ਉਪਰਾਲਾ ਹੋਇਆ ਹੈ ਇਹ ਬਹੁਤ ਬਹੁਤ ਹੀ ਸ਼ਲਾਘਾਜਨਕ ਉਪਰਾਲਾ ਹੈ ਮੈਂ ਸਮਝਦਾ ਕਿ ਜੇ ਸਾਰੇ ਅਸੀਂ ਇੱਕਜੁੱਟ ਹੋ ਕੇ ਸਾਰੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਇਕਜੁੱਟ ਹੋ ਕੇ ਜੇ ਅਸੀਂ ਇੱਕ ਪਲੇਟਫਾਰਮ ਗਠਿਤ ਕਰ ਲਈਏ ਜਿਹਦੇ ਵਿੱਚ ਦਸੂਹਾ ਸਾਫ਼ ਸੁਥਰਾ ਅਸੀਂ ਬਣਾਉਣ ਦਾ ਪ੍ਰਣ ਲੈ ਲਈਏ ਮੈਨੂੰ ਲੱਗਦਾ ਹੈ ਕਿ ਕੁਝ ਹੀ ਦਿਨਾਂ ਵਿੱਚ ਦਸੂਹਾ ਇੱਕ ਮੈਟਰੋ ਸਿਟੀ ਵਾਂਗ ਉੱਭਰ ਕੇ ਸਾਹਮਣੇ ਆਏਗਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਐਮਐਲਏ ਕੋ ਮਨਜੀ ਦਾ ਦਸੂਹਾ ਪ੍ਰਸ਼ਾਸਨ ਅਤੇ ਡਾਕਟਰ ਐਸਪੀ ਜੀ ਦਾ ਜਿਨ੍ਹਾਂ ਨੇ ਇਹ ਦਸੂਹਾ ਨੂੰ ਸਾਫ਼ ਸੁਥਰਾ ਕਰਨ ਕਰਨ ਵਾਸਤੇ ਇੱਕ ਵਿਸ਼ੇਸ਼ ਯੋਗਦਾਨ ਪਾਇਆ ਧੰਨਵਾਦ ਹਾਂਜੀ ਆਪਣੀ ਪਰੋਸੇਮੰਦ ਅਕੈਡਮੀ ਈ ਪਲਾਨੀਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਥੇ ਆਇਆ ਜਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟਡੀ ਤੇ ਵਿਜ਼ਟਰ ਵੀਜ਼ਾ ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ